ਵਧੇ ਹਲਿਆ ਹੋਣਾ ਮੂੰਹ ਕਹਿ ਮੇ ਦੋਤਾ ਉਠਾ ਸਰੀਰ ਕਹਿਣ ਦੋਤਾ ਵਧਨ ਥੈ ਬਾਬਰ ਸਾਹਿਬ ਕੇ ਬਾਰੇ ਮੇ ਕੀ ਕਹਿਣਾ ਹੈ ਆਪ गाइस रोजाना बारिश बणंदी है पता नहीं सिस्टम क्या है बिस्मिल्लाह रहमान रहीम अस्सलाम वालेकुम दोस्तों मैं हां जाम इमरान था तुसा दीदी पियो यूट्यूब जाम इमरान ऑफिशियल ते दोस्तों उम्मीद करना कि तुसा सारे दोस्त प्यार ठीक हो खैर खैरियत नाल हो हम आपको दसावा चाहता है कि हमने वणना है शहर हाजीपुर वाल बनवावण वाल तो हम पहले से बनवा आया है तो पार्ट वो बाद में हम आपको दिखाएगा क्योंकि हम जब वन रहा था तो हम बना नहीं सका इसलिए हम आपको बाद में वो पार्ट दिखाएगा अभी तो हम वीडियो स्टार्ट कर रहा है अगर कोई दोस्त इस चैनल पर नया आया है तो प्लीज़ इस चैनल को सब्सक्राइब मारें बेल आइकन को पढ़कर भूका मारें ताकि हम जो भी वीडियो अपलोड करें आप तो दोस्तों से सबसे पहले चिंबड़ बने तो अब करते हैं आज की मज़ेदार वीडियो स्टार्ट बाबर साहब के बारे में क्या कहना है आप अच्छा ये बाबर साहब का पैगाम है बाबर साहब आपको ये बकरी पैगाम दे रही है जी मैं आपको ये दिखाना चाहता था ये आप देख लें ओ हेलो चुप खामोश ये मैंने न्यू बतख वगैरह ली हुई है तो इसके ये बच्चे वगैरह छोटे छोटे आओ 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 दोस्तों ये मैं थी इनको बदख प्यास देना लेकिन अगर कोई दोस्त ये छली पे था कमेंट करके जैसे सो के है क्या मैं कुत्ते बदख लग दी क्योंकि यके बदख आगते हैं इसको तो यहाँ पर डेबू बदा है मैं आपको कोठे से बाहरों का ढाया हूँ और आप भज रही हो इधर इधर अच्छा दोस्तों पता नहीं कभी ना कि मैं तो होना जानी तो हेलो ओके ओके ਹੁਣ ਦੱਸੋ ਮੈਂ ਕੋਈ ਗੁੱਸਾ ਡਾਂਦਾ ਪਤਾ ਕਿ ਕਿਹੜੇ ਵਿਆਹ ਪੈਣ ਕੀ ਵੀ ਪਾਸੇ ਕਿਹਨੇ ਨੇ ਘਰ ਨਾ ਜਰੂਰ ਜਿਲੋ 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 ਆਪਣੇ ਘਰ ਆਪਣੇ ਘਰ ਆਪਣੇ ਘਰ ਤੇ ਮੇਰੇ ਪਿਆਰੇ ਸੱਜਣੋ ਇਹ ਅਸਾਂ ਪਹਿਲੀ ਦਫਾ ਧਾਰਨ ਤਾਂ ਮੈਂ ਕੋ ਤਾਂ ਹਿੰਦੇ ਨਾਂ ਦਾ ਪਤਾ ਕਿ ਨਹੀਂ ਜੱਕੇ ਬਦਨ ਨੰਦੇ ਮੋਦਨੀ ਤਾਂ ਤੇ गाज लगती भी है दोस्तों अगर कई दोस्त को पता है तो प्लीज कमेंट में दसाए अच्छा मेरे प्यारे सुनो बारिश जोर दी बाणी है तो मैं के दसा छोड़ा दोस्तों इतों से हम काशा चावन आए हैं तो ये हमारे हमसायों के कुत्ते हैं तो नाल नाल हमारे काठियाँ दिया हैं तो मैं काठियाँ चावन आया हूँ तो जल्दी जल्दी ये काठी ले लेता हूँ ओए ओए अब्बा भाई ओ दोस्तों ये तो चब दे नहीं मैं बता कर बात किया यहाँ के चावे दी ओए ओए नहीं नहीं गिर गया ਤੇ ਦੋਸਤੋ ਹੁਣ ਸਵੇਰੇ ਸਵੇਰੇ ਦਾ ਟਾਈਮ ਹੈ ਤਾਂ ਇਹ ਖਾ ਲਿਆ ਲਿਆ ਸਲੇਪਾਂ ਅਤੇ ਦੇਦੇ ਪਿਓ ਸਾ ਕਿ ਅੱਜ ਥੋੜ੍ਹਾ ਜਿਹਾ ਚੇਂਜ ਆਇਆ ਪੇ ਇਹ ਦੇਦੇ ਪਿਓ ਦੋਸਤੋ ਅਸਾਂ ਮਿੱਟੀ ਸਟਵਾਈ ਹੈ ਰਾਤ ਕਲੋ ਕਿ ਗਾਡੀ ਸ਼ੁਰੂ ਹੋਈ ਪਈ ਮਿੱਟੀ ਸਟਾਉਣ ਤਾਂ ਲੇਕਿਨ ਮੈਂ ਤਾਂ ਕੋਈ ਡਿਗਲਾ ਨਹੀਂ ਸਕਿਆ ਕਿਉਂਕਿ ਮੇਰੇ ਕੋਲ ਭੁੱਖ ਢੇਰ ਲੱਗਦੀ ਹੈ ਤਾਂ ਮੈਂ ਖਾਵਾਣੇ ਚਾਹੂੰ ਅਤੇ ਇਹ ਦੂਰ ਦੀ ਗਾਡੀ ਨਹੀਂ ਨਹੀਂ ਉਹ ਵੀ ਹੈ ਤਾਂ ਜੁਲਦਿਆਂ ਤੱਕ ਮਿੱਟੀ ਵੀ ਦਿਖ ਲੈਂਦੇ ਹੈ ਤਾਂ ਇੰਕੂ ਅਸਾਂ ਟਿੱਬਾ ਕੋ ਕਰਨੇ ਉੱਚਾ ਹੁਣ ਪਤਾ ਕਿ ਨਹੀਂ ਹਨੀ ਬਈ ਕਨੇ ਵਾਲਾ ਪਤਾ ਕਰੇ ਸੂ ਕਿ ਕਿਆ ਕਰਨੇ ਮਿੱਟੀ ਜੋ ਖਟਵਈਏ ਵੇ ਤਾਂ ਇਹ ਸਾਰਾ ਸਿਸਟਮ ਦੇ ਪਿਓ ਇਹ ਦੁਕਾਨ ਦੇ ਪਿੱਛੋਂ ਮਿੱਟੀ ਆ ਗਈ ਤਾਂ ਉਹਨੂੰ ਸੜਕੀ ਵੀ ਉੱਚੀ ਥੀ ਗਈ ਹੈ ਮੇਰੇ ਖਿਆਲ ਮਰਵਾਵਣਾ ਟਿੱਬਾ ਹੋ ਸੀ ਵੈਸੇ ਵੀ ਪਤਾ ਕਰ ਗਈ ਸੂ ਤਾਂ ਹੁਣ ਇੱਥੋਂ ਇਹ ਸੜਕੀ ਬਣ ਗਈ ਹੈ ਪਹਿਲੇ ਉਹ ਜੇਕੀ ਸੜਕੀ ਹੈ ਪਈ ਹੁਣ ਉੱਚੀ ਬਣ ਗਈ ਹੈ ਤਾਂ ਦੇ ਪਿਓ ਇਹਨੂੰ ਪਠਾਣੇ ਵਾਲੀ ਗਾੜੀ ਹੈ ਪਈ ਅੱਛਾ ਦੋਸਤੋ ਗਾੜੀ ਇਹ ਆ ਗਈ ਹੈ ਤੇ
ਨੀਚੇ ਕਾ ਲਿਖਣਾ ਵਾ ਇਹ ਵਧੇ ਹਾਲੀ ਆਉਣਾ ਉਥਾ ਸ਼ਰੀਫ ਕਹਿੰਦੇ ਦੋਤਾ ਵਧਨ ਤੇ ਇਹ ਤੇ ਮੈਂ ਕੈਮਰਾ ਚਾਹ ਤੇ ਰੋਜ਼ਾਨਾ ਆਵੇ ਨਾ ਇਹ ਵਾਸਤੇ ਤੇ ਬੁਥਾ ਸ਼ਰੀਫ ਜੋ ਕਰਦਣ ਵਾਲਾ ਬਲੀ ਕੈਮਰੇ ਵੀਡੀਓ ਹੈ ਚਾਹ ਵੇ ਕਿਵੇਂ ਗਿਲਾ ਤੇ ਕੰਨੂ ਦਾ ਅੱਛਾ ਮੈਂ ਕਹਿੰਦਾ ਤਾਂ ਹੀ ਵਾਸਤੇ ਮੈਂ ਕਹਿੰਦੀ ਆਵੇ ਨਾ ਧੋਤੀ ਦਾ ਗਿਲਾ ਨਹੀਂ ਕਰੇ ਤਾਂ ਦੋਸਤੋ ਇਹ ਟੱਕੜਾ ਸੇ ਤਾਂ ਕਿਤੇ ਬਾਕੇ ਤਾਂ ਜਮਰ ਗਿਆ ਜਾ ਕੇ ਅਤੇ ਮੇਰੇ ਪਿਆਰੇ ਸਰਨਾ ਦੁਕਾਨ ਦੇ ਅੱਗੋਂ ਗਾਡੀ ਮਿੱਟੀ ਸਿੱਧੀ ਕਰਾਉਂਦੀ ਪਈ ਹੈ ਤਾਂ ਬਕਾਇਆ ਟਰਾਲੀਆਂ ਵਗੈਰਾ ਮਿੱਟੀ ਸੱਟ ਗਈਆਂ ਤਾਂ ਮੈਂ ਇੱਕ ਦੁਕਾਨ ਦੇ ਵਿੱਚ ਫਰਿੱਜ ਦੇ ਵਿੱਚ ਜਿਹੜਾ ਨਾ ਬੋਤਲਾਂ ਲਾਉਣੇ ਹਨ ਤਾਂ ਫਰਿੱਜ ਚੱਲਦੀ ਵੀ ਪਈ ਹੈ ਇਹਦੇ 'ਤੇ ਗੂਲੈਂਗ ਪਕੜੀ ਪਈ ਹੈ ਤਾਂ ਇਹਦੇ ਵਿੱਚ ਅਸੀਂ ਬੋਤਲਾਂ ਲੈਂਦੇ ਹਾਂ ਬੋਤਲਾਂ ਦਾ ਤਾਂ ਕੁਆ ਗਿਆ ਕਿ ਸੱਟਣਾ ਪਿਆ ਵਾਲਾ ਮੈਂ ਗਾਡੀ ਡੋ ਗਿਆ ਪਿਆ ਤਾਂ ਜਲਦੀ ਜਲਦੀ ਹਮ ਸੱਟ ਗਿੰਦਾ ਹੈ ਉਸਕੇ ਬਾਅਦ ਕਿਉਂ ਆਉਂਦਾ ਹੈ ਵਾਪਸ ਮੇਰੇ ਪੈਰ ਸੜਨੋ ਇਹ ਜਦ ਦੇਖੋ ਕੋਈ ਨਵੀਂ ਚੀਜ਼ ਟੱਪੀ ਹੁੰਦੀ ਹੈ ਜਿਹਦੀ ਪੀ ਹੋਏ ਗਾਡੀ ਹੁੰਦੀ ਪੀ ਹੈ ਅਤੇ ਇਹ ਸਾਹਮਣੇ ਟੱਪ ਗਈ ਬੰਦੇ ਦਾ ਮੈਂ ਨਹੀਂ ਆਖਿਆ ਬੰਦਾ ਹੀ ਟੱਪ ਗਿਆ ਅਤੇ ਹੁੰਦੇ ਨਾਲ ਇਹ ਗਾਡੀ ਦੇ ਪਿੱਛੋਂ ਪਤਾ ਨਹੀਂ ਕਿਆ ਮੇਰੇ ਪਿਆਰੇ ਸੜਨੋ ਇਹ ਸਾਹਮਣੇ ਥ੍ਰੈਸ਼ਰ ਲੱਗ ਗਈ ਹੈ ਅਤੇ ਦੋਸਤੋ ਹੁਣ ਵੀਡੀਓ ਦਾ ਪਿਕਰ ਨਹੀਂ ਸੀ ਐਂਡ ਅਤੇ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਕਮੈਂਟ ਲਾਜ਼ਮ ਕਰੋ ਅਤੇ ਅਗਰ ਕੋਈ ਦੋਸਤ ਨਹੀਂ ਚੈਨਲ ਤਾਂ ਨਵਾਂ ਚੈਨਲ ਸਬਸਕ੍ਰਾਈਬ ਕਰੋ ਅਤੇ ਦੋਸਤੋ ਹੁਣ ਮਿਲਣਾ ਚਾਹ ਰਹਾ ਨਵੀਂ ਵੀਡੀਓ ਨਾਲ ਤਦ ਤੱਕ ਲਈ ਅੱਲਾ ਹਾਫਿਜ਼।